ਕਿ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਉਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਔਰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਸੁਖਬੀਰ ਹੋਣਾ ਨੇ ਲਵਾਏ ਸੀਗੇ ਇਹ ਕਾਂਗਰਸ ਕਹਿੰਦੀ ਸੀਗੀ ਕਿ ਇਹਦੇ ਵਿੱਚ ਸੁਖਬੀਰ ਹੋਣਾ ਨੇ ਅਤੇ ਬਾਦਲਾਂ ਨੇ ਕਮਿਸ਼ਨ ਕਮਾਇਆ ਵਾ ਇਹਨਾਂ ਦੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟਸ ਕੀਤੇ ਗਏ ਨੇ ਉਹ ਐਂਟੀ ਪੰਜਾਬ ਨੇ ਸਾਡੀ ਸਰਕਾਰ ਬਣਨ 'ਤੇ ਅਸੀਂ ਉਹਨਾਂ ਨੂੰ ਰਿਵਿਊ ਕਰਾਂਗੇ ਉਹਨਾਂ ਨੂੰ ਤਾਂ ਕੀ ਰਿਵਿਊ ਕਰਨਾ ਸੀਗਾ ਜਿਹੜੇ ਸਾਡੇ ਆਪਣੇ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਉਹਨਾਂ ਨੂੰ ਬਹੁਤ ਇੱਕ ਡੂੰਘੀ ਸਾਜਿਸ਼ ਦੇ ਤਹਿਤ ਬੰਦ ਕੀਤਾ ਜਾ ਰਿਹਾ ਵਾ ਕਿਉਂਕਿ ਇਸ ਕਾਂਗਰਸ ਦੀ ਸਮੁੱਚੀ ਸਰਕਾਰ ਫਿਰ ਕਿਤੇ ਨਾ ਕਿਤੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਫਾਇਦਾ ਦੇਣਾ ਚਾਹੁੰਦੀ ਆ ਉਹਨਾਂ ਦੀ ਮਦਦ 'ਤੇ ਉੱਤਰ ਆਈ ਆ ਔਰ ਇਹੀ ਬਠਿੰਡੇ ਦਾ ਜਿਹੜਾ ਸਾਡਾ ਇਹ ਥਰਮਲ ਪਲਾਂਟ ਹੈ ਇਹ ਲਾਈਫ ਲਾਈਨ ਸੀ ਪੰਜਾਬ ਦੀ ਗੁਰੂ ਨਾਨਕ ਦੇਵ ਸਾਹਿਬ ਦੇ 500 ਸਾਲਾਂ 'ਤੇ ਪੰਜਾਬ ਨੂੰ ਸਮਰਪਿਤ ਹੋਏ ਪੰਜਾਬ ਵਿੱਚ ਰੋਸ਼ਨੀ ਲੈ ਕੇ ਆਏ ਇਹਨਾਂ ਦੀ ਬਦੌਲਤ ਪੰਜਾਬ ਵਿੱਚ ਖੇਤੀ ਪ੍ਰਫੁੱਲਤ ਹੋਈ ਔਰ ਲੋਕਾਂ ਦੇ ਘਰਾਂ ਦੇ ਵਿੱਚ ਉਜਵਾਲਾ ਹੋਇਆ ਇੱਕ ਲਾਈਟ ਆਈ ਇੰਡਸਟਰੀ ਵਧੀ ਫੁੱਲੀ ਪੰਜਾਬ ਦੇ ਵਿੱਚ ਅਤੇ ਇਸੇ ਹੀ ਥਰਮਲ ਪਲਾਂਟ ਨੂੰ ਹੁਣ ਕੇਂਦਰ ਦੀ ਸਰਕਾਰ ਨੇ 750 ਕਰੋੜ ਰੁਪਈਆ ਖਰਚ ਕੇ ਬਠਿੰਡਾ ਥਰਮਲ ਪਲਾਂਟ ਨੂੰ ਇਹਦੀ ਰੈਨੋਵੇਸ਼ਨ ਕੀਤੀ ਆ ਇਹਦੀ ਮਿਆਦ 2025 ਤੱਕ ਤੈਅਸ਼ੁਦਾ ਵਾ ਲੇਕਿਨ ਇਸ ਸਰਕਾਰ ਨੇ ਇਹਦੇ ਮਨਸੂਬੇ ਗਲਤ ਨੇ ਜਿਹੜੇ ਕਹਿੰਦੇ ਸੀ ਅਸੀਂ ਹਰ ਘਰ ਇੱਕ ਨੌਕਰੀ ਦੇਵਾਂਗੇ ਨੌਕਰੀ ਤਾਂ ਇਹਨਾਂ ਨੇ ਕੀ ਦੇਣੀ ਸੀ ਹਜ਼ਾਰਾਂ ਜਿਹੜੇ ਮੁਲਾਜ਼ਮ ਨੇ ਥਰਮਲ ਪਲਾਂਟ 'ਤੇ ਚਾਹੇ ਉਹ ਰੋਪੜ ਦੇ ਨੇ ਚਾਹੇ ਉਹ ਥਰਮਲ ਪਲਾਂਟ ਬਠਿੰਡਾ ਦੇ ਨੇ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਕਾਲੇ ਹਨੇਰੇ ਖਤਰੇ ਵਿੱਚ ਪਾਤੀਆਂ ਔਰ ਜਿਹੜੀਆਂ ਪਿਛਲੇ ਦਿਨਾਂ 'ਚੋਂ ਗੱਲਾਂ ਚੱਲ ਰਹੀਆਂ ਜਿਹੜੀ ਮੁਕੰਮਲ ਸਰਕਾਰੀ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੇ ਆ ਟੋਟਲੀ ਡਿਸਸੈਟਿਸਫਾਈਡ ਉਹਨਾਂ ਨੂੰ ਪਤਾ ਕਿ ਸਰਕਾਰ ਨੇ ਜਿੱਦਾਂ ਸ਼ੂਗਰ ਮਿੱਲਾਂ ਦੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਸੀਗਾ ਇਸੇ ਤਰ੍ਹਾਂ ਹੀ ਹੁਣ ਇਹ ਸਾਡੇ ਨਾਲ ਧੋਖਾ ਕਰਨਗੇ ਔਰ ਕੰਟਰੈਕਚੁਅਲ ਇੰਪਲੋਈਜ਼ ਇਹਨਾਂ ਦੀ ਬਹੁਤ ਵੱਡੀ ਤਾਦਾਦ ਆ ਜਿਹੜੇ ਗਰੀਬ ਆਦਮੀ ਨੇ ਜਿਹੜੇ 9-9, 10-10, 12-12 ਹਜ਼ਾਰ ਦੇ ਤਨਖਾਹ ਦੇ ਕੰਮ ਕਰਦੇ ਉਹਨਾਂ ਦੇ ਮੂੰਹਾਂ 'ਚੋਂ ਇਹ ਰੋਟੀ ਖੋਣ ਜਾ ਰਹੀ ਆ ਔਰ ਮੈਨੂੰ ਦੁਖਦਾਈ ਹੋਰ ਗੱਲ ਹੈ ਕਿ ਮਨਪ੍ਰੀਤ ਬਾਦਲ ਇੱਕ ਇਸ ਇਲਾਕੇ ਦਾ ਨੁਮਾਇੰਦਾ ਹੋਵੇ ਸਬ ਕਮੇਟੀ ਦਾ ਮੈਂਬਰ ਹੋਵੇ ਉਸਨੇ ਕੋਈ ਯਤਨ ਨਹੀਂ ਕੀਤਾ ਕਿ ਮੈਂ ਥਰਮਲ ਪਲਾਂਟ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ ਔਰ ਫਿਰ ਮੇਰਾ ਦੁਬਾਰਾ ਕਹਿਣਾ ਬਣਦਾ ਵਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਵਾ ਪੰਜਾਬ ਅਤੇ ਬਠਿੰਡੇ ਦੇ ਲੋਕਾਂ ਦੇ ਨਾਲ ਧੋਖਾ ਵਾ ਔਰ ਬਠਿੰਡਾ ਜਿਹੜਾ ਕਿ ਸਿਟੀ ਆਫ ਲੇਕਸ ਜਾਣਿਆ ਜਾਂਦਾ ਸੀ ਇਸ ਨੂੰ ਇਹਨਾਂ ਨੇ ਤਬਾਹ ਕਰਨ 'ਤੇ ਤੁਲ ਗਏ ਤੁਸੀਂ ਦੇਖ ਲੈਣਾ ਇਹਨਾਂ ਦੀ ਇਸ ਸਰਕਾਰ ਦੀ ਅੱਖ ਜੋ 2200-2300 ਏਕੜ ਜ਼ਮੀਨ ਆ ਥਰਮਲ ਪਲਾਂਟ ਦੀ ਇਸ ਨੂੰ ਕੰਕਰੀਟ ਜੰਗਲ ਬਣਾਉਣਗੇ ਹੁਣ ਖੂਬਸੂਰਤ ਲੇਕਸ ਨੇ ਹਰਿਆਵਲ ਆ ਇੱਥੇ ਇਹਨਾਂ ਨੇ ਕਿਸੇ ਕੋਲੋਨਾਈਜ਼ਰ ਜਾਂ ਬਿਲਡਰ ਨਾਲ ਰਲ ਕੇ ਜਿੱਦਾਂ ਰਾਣੀ ਗੁਰਜੀਤ ਵਰਗੇ ਇੱਥੇ ਬਥੇਰੇ ਫਿਰਦੇ ਲੁੱਟਣ ਨੂੰ ਪੰਜਾਬ ਇਹਨਾਂ ਨੇ ਉਹਨਾਂ ਦੇ ਨਾਲ ਰਲ ਕੇ ਗੰਢ ਧੁੱਪ ਕਰਕੇ ਇਸ ਬਠਿੰਡੇ ਦੀ ਸ਼ਕਲ ਸੂਰਤ ਵਿਗਾੜ ਦੇਣਗੇ ਇਸ ਲਈ ਅੱਜ ਸਾਡਾ ਆਮ ਆਦਮੀ ਪਾਰਟੀ ਦਾ ਧਰਨਾ ਇਸੇ ਲਈ ਲਾਇਆ ਅਸੀਂ 100% ਇੰਪਲੋਈਜ਼ ਦੇ ਹੱਕ ਵਿੱਚ ਹਾਂ 100% ਚਾਹੁੰਦੇ ਕਿ ਤੁਸੀਂ ਸੂਬੇ ਦੇ ਥਰਮਲ ਪਲਾਂਟਸ ਨੂੰ ਮਜ਼ਬੂਤ ਕਰੋ ਔਰ ਜਿਹੜੇ ਤੁਸੀਂ ਐਗਰੀਮੈਂਟਸ ਕੀਤੇ ਉਹਨਾਂ ਨੂੰ ਰਿਵਿਊ ਕਰੋ ਕਿਉਂਕਿ ਬਹੁਤ ਸਾਰੇ ਐਗਰੀਮੈਂਟ ਵਿੱਚ ਕਲੋਜ਼ਸ ਇਸ ਤਰ੍ਹਾਂ ਦੇ ਨੇ ਜਿਹਦੇ ਅਨੁਸਾਰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਸ ਆ ਚਾਹੇ ਰਾਜਪੁਰੇ ਦਾ ਤਲਵੰਡੀ ਸਾਬੋ ਦਾ ਗੋਇੰਦਵਾਲ ਦਾ ਅਗਰ ਉਹ ਆਈਡਲਿੰਗ ਵੀ ਕਰਦੇ ਨੇ ਉਹ ਬੰਦ ਵੀ ਰਹਿੰਦੇ ਨੇ ਤੇ ਉਹਨਾਂ ਨੂੰ ਘੱਟੋ ਘੱਟ ਚਾਰਜਸ ਸਰਕਾਰ ਨੂੰ ਦੇਣੇ ਹੀ ਪੈਣੇ ਆ 1100 ਕਰੋੜ ਰੁਪਈਆ ਸਰਕਾਰ ਨੂੰ ਘਾਟਾ ਔਰ ਮੈਨੂੰ ਮਨਪ੍ਰੀਤ ਤੇ ਖੋਰ ਗਿਲਾ ਵਾ ਕਿ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਇਹ ਬਠਿੰਡੇ ਦੀ ਥਰਮਲ ਪਲਾਂਟ ਦੀ ਕੋਸਟ ਆਫ ਪ੍ਰੋਡਕਸ਼ਨ 11 ਰੁਪਏ ਸ਼ਾਇਦ 40-45 ਜਾਂ 90 ਪੈਸੇ ਆ ਇਹ ਸਰਾਸਰ ਝੂਠ ਹੈ ਕਿਉਂਕਿ ਜਦੋਂ ਥਰਮਲ ਪਲਾਂਟ ਨੂੰ ਤੁਸੀਂ ਚਲਾਓਗੇ ਹੀ ਨਹੀਂ ਔਰ ਉਹਦਾ ਸਾਰੀ ਕੈਲਕੂਲੇਸ਼ਨ 3 ਦਿਨ ਚਲਾ ਕੇ ਉਹਦੀਆਂ 3 ਮਹੀਨਿਆਂ ਦੀ ਕੈਲਕੂਲੇਸ਼ਨ ਕਰ ਦਿਓਗੇ ਇਟਸ ਅ ਫਾਲਸ ਮਿਸਲੀਡਿੰਗ ਸਟੇਟਮੈਂਟ ਆਫ ਦ ਫਾਈਨੈਂਸ ਮਿਨਿਸਟਰ ਇੱਥੋਂ ਬਿਜਲੀ ਸਭ ਤੋਂ ਸਸਤੀ ਪੈਦਾ ਹੋ ਸਕਦੀ ਆ ਇਹ ਇਸ ਇੱਥੇ 3 ਰੁਪਏ 90 ਪੈਸੇ ਜਾਂ ਕੁਛ 4 ਰੁਪਏ ਤੱਕ ਯੂਨਿਟ ਬਿਜਲੀ ਪੈਦਾ ਹੋ ਸਕਦੀ ਆ ਔਰ ਇਹ ਬਿਜਲੀ ਜਿਹੜੀ ਆ ਲੋਕਾਂ ਤੱਕ ਗਰੀਬਾਂ ਤੱਕ ਪਹੁੰਚਾਈ ਜਾ ਸਕਦੀ ਇਹ ਕਹਿੰਦੇ ਨੇ ਕਿ ਅਸੀਂ ਸਾਨੂੰ ਜਦ ਅਵੇਲੇਬਲ ਆ ਚੀਪਰ ਪਾਵਰ ਮੈਂ ਗੁਰਜੀਤ ਦਾ ਵੀ ਬਿਆਨ ਸੁਣਿਆ ਔਰ ਮਨਪ੍ਰੀਤ ਦਾ ਵੀ ਬਿਆਨ ਸੁਣਿਆ ਕਿ ਸਾਨੂੰ ਮਾਰਕੀਟ ਵਿੱਚੋਂ ਸਸਤੀ ਪਾਵਰ ਮਿਲ ਰਹੀ ਆ ਸ਼ਾਇਦ 2.5 ਰੁਪਏ ਤੋਂ ਲੈ ਕੇ 3 ਰੁਪਏ ਯੂਨਿਟ ਅਗਰ ਇਹ ਗੱਲ ਸੱਚ ਆ ਤਾਂ ਫਿਰ ਪੰਜਾਬ ਦੇ ਲੋਕਾਂ ਦੇ ਕੋਲੋਂ ਤੁਸੀਂ 7-8 ਰੁਪਏ ਯੂਨਿਟ ਕਿਉਂ ਲੈ ਰਹੇ ਹੋ ਇਹਦਾ ਮਤਲਬ ਤੁਸੀਂ ਧੋਖਾ ਕਰ ਰਹੇ ਹੋ ਪੰਜਾਬ ਦੇ ਲੋਕਾਂ ਦੇ ਨਾਲ ਇਸ ਲਈ ਇਹ ਸਾਰਾ ਜਿਹੜਾ ਵਿਉਂਤ ਬੁਣੀ ਗਈ ਸੀਗੀ ਇਹ ਕਿਤੇ ਨਾ ਕਿਤੇ ਸਾਜਿਸ਼ ਆ ਕਾਂਗਰਸ ਦੀ ਲੀਡਰਸ਼ਿਪ ਦੀ ਸਰਕਾਰ ਦੀ ਜਿੱਦਾਂ ਇਹਨਾਂ ਨੇ ਰੇਤਾ ਬਜਰੀ ਦੀਆਂ ਖੱਡਾਂ ਨੂੰ ਪੈ ਗਏ ਨੇ ਮਾਈਨਿੰਗ ਚੱਲ ਰਹੀ ਸਾਰੇ ਪੰਜਾਬ ਦੇ ਵਿੱਚ ਇਦਾਂ ਹੀ ਇਹਨਾਂ ਨੇ ਇਸ 'ਚੋਂ ਪੈਸੇ ਕਮਾਉਣੇ ਆ ਪ੍ਰਾਈਵੇਟ ਪਲੇਅਰਸ ਤੋਂ ਵੀ ਪੈਸੇ ਕਮਾਉਣੇ ਆ ਉਹਨਾਂ ਦੀਆਂ ਬਾਹਾਂ ਮਰੋੜ ਕੇ ਉਹਨਾਂ ਦੇ ਉਹਨਾਂ ਨੂੰ ਇੱਕ ਬਿਆਨ ਦਿੱਤਾ ਕਿ ਅਸੀਂ ਤੁਹਾਡੇ ਪਾਵਰ ਪਰਚੇਜ਼ ਐਗਰੀਮੈਂਟਸ ਰਿਵਿਊ ਕਰਾਂਗੇ ਮੁੜ ਕੇ ਉਸ ਤੋਂ ਬਾਅਦ ਚੁੱਪ ਹੋ ਗਏ ਚੁੱਪੀ ਸਾਧਲੀ ਅਤੇ ਥਰਮਲ ਪਲਾਂਟਸ ਨੂੰ ਬੰਦ ਕਰਨ 'ਤੇ ਉਤਰ ਗਏ ਨੇ ਵੀ ਸਟਰੋਂਗਲੀ ਕੰਡੈਮ ਦਿਸ ਐਂਟੀ ਪੰਜਾਬ ਐਂਡ ਐਂਟੀ ਪੀਪਲ ਪੋਲਿਸੀ ਆਫ ਦਿਸ ਕਰੰਟ ਕੈਪਟਨ ਅਮਰਿੰਦਰ ਸਿੰਘ ਰਿਜੀਮ ਐਂਡ ਅਸੀਂ ਅੱਜ ਦਾ ਧਰਨਾ ਅਸੀਂ ਪੁਰਜ਼ੋਰ ਕੋਸ਼ਿਸ਼ ਕਰਾਂਗੇ ਕਿ ਸਰਕਾਰ ਇਹਨਾਂ ਥਰਮਲ ਪਲਾਂਟਾਂ ਨੂੰ ਬੰਦ ਨਾ ਕਰੇ ਸੈਸ਼ਨ ਬਦਕਿਸਮਤੀ ਨਾਲ ਦੂਰ ਆ
लेकिन जो भी सैशन लगेगा पंजाब की विधानसभा के पंजाब के थर्मल प्लांट्स की गल अवश्य गूंजेगी। और मेरी हमदर्दी साड़ी समुची पार्टी की आम आदमी पार्टी की जो इंपलॉयज़ अपरूट हो रहे हैं हज़ारों की तादाद में परिवार उन्होंने नाल साड़ी दिलों असं हमदर्दी प्रगट करते हैं। मैं तो आना जी अगली रणनीति यह आ कि साड़ी पार्टी इस इशू नूं बहुत इंपोर्टेंट वन ऑफ द हॉटेस्ट बर्निंग इशू पंजाब क्योंकि पंजाब बैंकरप्ट स्टेट है 2.5 लाख करोड़ का कर्जा और तुसी पंजाब दे लोकां नूं कोई अच्छा राह दिखाउण दी बजाय नौकरियां देण दी बजाय तुसी उहनां कोलों दित्ती हुई रोटी खो रहे हो। तुसी स्कूल बंद करन जा रहे हो 800 स्कूल। ये सारिया गल्लां हर गिण असीं मंजूर नहीं करांगे। साडी पार्टी दी आउण वाले दिनां च इस नूं असीं इस एजिटेशन नूं आई वुड वॉन्ट के एजिटेशन प्रोलोंग होनी चाहिए है और सस्टेन्ड एजिटेशन इस दे विच असीं करन नूं पूरे तैयार हां। कानूनी लड़ाई भी लड़ोगे तुसीं अदालत दा कोई सहारा? कानूनी लड़ाई मेरा ख्याल है कि अगर असीं अपने सारे जिहड़े एडवोकेट्स ने उन्हां नाल मशवरा कर लांगे कोई अगर पब्लिक इंटरेस्ट लिटिगेशन क्योंकि मैनूं पता लग्या कि इंपलॉयज फैडरेशन ने हाई कोर्ट नूं मूव कीता होया अगर कोई पब्लिक इंटरेस्ट लिटिगेशन बनदी हो तां उस नूं भी असीं जरूर एक्सप्लोर करांगे। जो विक्रम मजीठिया जैसी पार्टनरशिप है सोलर पावर प्लांट्स दे विच क्योंकि सोलर मिनिस्टर सीगा रिन्यूएबल एनर्जी का बहुत सारे उन्हें प्राइवेट प्लेयर्स वो वाड़ लिया बल्कि मैं अच्छी तरह याद है कि को जनरेशन प्लांट लाना सी नवांशहर की शुगर मिल के कंपनी आ विक्रम मजीठे की सुरैया प्राइवेट लिमिटेड सुरैया प्राइवेट लिमिटेड के राही ये शुगर मिल कोऑपरेटिव सैक्टर की बाहवा मरोड़ के को जनरेशन प्लांट लाता सारे पंजाब के प्राइवेट जोड़े सोलर प्लांट्स लाए ने और उत्थे 18 रुपये प्रति यूनिट पंजाब सरकार को बिजली बेचण ते मजबूर किया। ये बहुत व्डे एक कपले करन वालियां पार्टियां ने दोनों चाहे अकाली सी चाहे कांग्रेस आ और उस राह ते अकालियां दे राह ते इस वेले कांग्रेस पार्टी तुल चुकी है तुरी हुई है और थर्मल प्लांट्स नूं बंद करन दी जिहड़ी प्रपोजल आ इट हैज़ बीन इनिशिएटेड बाय द प्रीवियस बादल गवर्नमेंट विच इज़ हाईली कंडेमनेबल। हुण धरने मारदे ने ये महज दिखावा अकाली कर रहे ने।